ਪਤਾ ਨਹੀਂ ਕਿੱਥੇ ਮਰ ਗਿਆ ਹੈ ਨਾ ਮੁਰਾਦ। ਕਹਿੰਦਾ ਸੀ ਹੁਣੇ ਗਿਆ ਤੇ ਹੁਣੇ ਹੀ ਆਇਆ, ਤੇ ਗਿਆ ਤੇ ਪਤਾ ਹੀ ਨਹੀਂ ਡੇਢ ਘੰਟਾ ਹੋ ਗਿਆ। ਆ ਲਵੇ ਅੱਜ ਜ਼ਰਾ ਘਰ ਹੈ, ਮੈਂ ਛੱਡਣਾ ਨਹੀਂ ਗਾ, ਮਰ ਗਈਆਂ ਕੱਲੀ ਕੰਮ ਕਰ ਕਰਕੇ। ਮੈਂ ਚਾਰ ਘੜੀਆਂ ਮਿਲੀਆਂ ਸੀ, ਮੈਂ ਕਿਹਾ ਜ਼ਰਾ ਤਿਆਰ ਹੋ ਲਵਾਂ। ਨਸੀਬ ਖਰਾਬ ਕਰਤੇ ਮੇਰੇ ਮਾਂ ਪਿਓ ਨੇ ਇਹਦੇ ਨਾਲ ਮੇਰਾ ਨਿਕਾਹ ਕਰਾ ਕੇ। ਆਜਾ ਵੀ ਆਜਾ ਸੋਹਣੇ, ਆਜਾ ਆਜਾ। ਹਾਂਜੀ ਹਾਂਜੀ, ਮੈਂ ਠੰਡਾ ਪਾਣੀ। ਤੈਨੂੰ ਗੱਲ ਕਹਿ ਰਿਹਾ ਨਾ, ਤੈਨੂੰ ਪੈਸੇ ਦਿੱਤੇ, ਤੈਨੂੰ ਹਰ ਚੀਜ਼ ਓਕੇ ਆ, ਮੇਰੀ ਗੱਲ ਸੁਣ। ਕੰਮ ਕਰਨੇ ਨੇ ਕਰਦੇ, ਨਹੀਂ ਬਗੈਰ ਪੈਸੇ ਤੋਂ ਮੈਂ ਕਿਤੇ ਵੀ ਨਹੀਂ ਜਾਣਾ। ਪਹਿਲੇ ਮੈਂ ਐਡਵਾਂਸ ਤੁਹਾਡੇ ਕੋਲ ਲੈ ਲਿਆ ਵਾ, ਠੀਕ ਆ, 6 ਮਹੀਨੇ ਦਾ ਤੁਹਾਡਾ ਮੇਰਾ ਐਗਰੀਮੈਂਟ ਆ, ਬਸ ਓਕੇ, ਠੀਕ ਆ। ਮੈਂ 6 ਮਹੀਨੇ ਤੱਕ ਜਿੱਦਾਂ ਜਿਹੜਾ ਤੁਸੀਂ ਕੰਮ ਕਰਨਾ ਮੈਂ ਕਰੀ ਜਾਣਾ, ਬਸ ਤੇਰੀ ਅੱਲਾ ਖੈਰ ਕਰੇ, ਬਸ ਮੇਰਾ। ਓਏ ਤੇ ਘਰ ਦੇਖ ਲੈ ਸਾਰਾ ਆਪਣਾ, ਅਜੇ ਤੈਨੂੰ ਮੈਂ ਇਹਨੂੰ ਵੇਖ ਲਿਆ ਅੱਗ ਲਵਾਣੀ, ਹਾਂਜੀ ਵੇਖ ਲਿਆ, ਮੈਂ ਇੱਥੇ ਜਾਣਾ ਘਰ ਦੇਖਣਾ, ਤੈਨੂੰ ਇਸ ਲਈ ਦਿਖਾਉਣ ਦਿਆ ਤੇ ਤੈਨੂੰ ਘਰ ਅੰਦਰ ਆਉਣ ਦਿਆ, ਕੋਈ ਪ੍ਰੋਬਲਮ ਨਾ ਹੋਵੇ। ਨਹੀਂ ਹੁਣ ਮੈਨੂੰ ਪ੍ਰੋਬਲਮ ਕਿ ਮੈਂ ਆ ਜੂ ਗਿਆ, ਮੇਰੇ ਕਹਿਣ ਦਾ ਮਤਲਬ ਤੈਨੂੰ ਕਿਚਨ ਦਿਖਾ ਦਿੰਦੇ ਆ, ਤੈਨੂੰ ਛੱਤ ਦਿਖਾ ਦਿੰਦੇ ਆ, ਤੈਨੂੰ ਉਸ ਕਮਰੇ ਤੇ ਚੈੱਕ ਕਰਾ ਦਿੰਦੇ ਤੇ ਆਹ ਪੁੱਤਾ ਆਹ ਕਮਰੇ ਆ ਤੇ ਇੱਥੇ ਤੂੰ ਰਹਿਣਾ ਵਾ, ਇੱਥੇ ਤੂੰ ਦੇਖੋ ਕਿਚਨ ਵੀ ਹਰ ਬੰਦੇ ਨੇ ਵੇਖ ਲੈਣਾ ਵਾ, ਘਰ ਵੀ ਵੇਖ ਲੈਣਾ। ਤੁਸੀਂ ਪਹਿਲੇ ਮੇਰਾ ਕਮਰਾ ਵਿਖਾਓ ਜਿੱਥੇ ਮੈਂ ਆ ਕੇ ਆਰਾਮ ਕਰਨਾ। ਹਾਂ ਉਹ ਵੀ ਤੁਹਾਨੂੰ ਬਿਲਕੁਲ ਦਿਖਾਵਾਂਗੇ, ਬਿਲਕੁਲ। ਉੱਥੇ ਬੈੱਡ ਲੱਗਾ? ਹਾਂ ਬੈੱਡ ਲੱਗਾ, ਏਸੀ ਵੀ ਲੱਗਾ ਪੁੱਤ। ਏਸੀ ਏਸੀ ਕਿਹੜੇ ਕਿੰਨੇ ਟਨ ਦਾ ਲੱਗਾ? 2 ਟਨ ਦਾ। ਨਹੀਂ 2 ਟਨ ਦਾ ਚਾਹੀਦਾ ਕਿਉਂਕਿ ਮੈਂ ਨਾ ਬੜੀ ਗਰਮ ਤਬੀਅਤ ਆ। ਤੂੰ ਆਲੂ ਠੰਡੇ ਕਰਨੇ ਕਰ ਲਈ ਤੈਨੂੰ ਜਦੋਂ ਜਿਹੜੀ ਮੈਂ ਗੱਲ ਕਰਨੀ ਆ ਪੁੱਤ। ਦੱਸ ਕਿ ਮੈਂ ਠੰਡਾ ਰਹਿਣਾ ਚਾਹੁੰਦਾ ਨਾ। ਉਹ ਤੂੰ ਠੰਡਾ, ਮੈਨੂੰ ਠੰਡਾ ਹੀ ਆ, ਤੂੰ ਟੈਨਸ਼ਨ ਨਹੀਂ ਲੈਣੀ ਤੂੰ। ਅੱਛਾ ਤੈਨੂੰ ਇੱਥੇ ਹਰ ਤਰ੍ਹਾਂ ਦਾ ਪਿਆਰ ਮਿਲੇਗਾ। ਹਾਂ ਇਹ ਮੇਰਾ ਘਰ ਹੈ। ਨਹੀਂ ਪਿਆਰ ਨਹੀਂ ਮੈਨੂੰ ਚਾਹੀਦਾ, ਮੇਰੇ ਰੋਟੀ ਪਾਣੀ ਦੀ ਪ੍ਰੋਬਲਮ। ਉਹ ਦੇਖੋ ਜਿੱਥੇ ਬੰਦਾ ਕੰਮ ਕਰਦਾ ਰੋਟੀ ਪਾਣੀ ਚਾਹ ਪਾਣੀ ਤੇ ਪੀਂਦਾ ਹੀ ਰਹਿੰਦਾ, ਮੈਨੂੰ ਸਿਰਫ ਆਪਣੇ ਪੈਸੇ ਨਾਲ ਕਰਜ਼ਾ। ਠੀਕ ਹੈ ਤਾਂ ਤੈਨੂੰ ਪਹਿਲਾਂ ਦੇਤੇ ਐਡਵਾਂਸ, ਪਹਿਲੇ ਦੇਤੇ ਵਿੱਚੋਂ ਵੀ ਜਿਹੜੇ ਟਿਪ ਸ਼ਿਪ ਹੁੰਦੀ ਮੈਂ ਉਹ ਵੀ ਲੈ ਲਈ। ਉਹ ਵੀ ਤਾਂ ਦੇ ਲੈ ਕੇ ਛੱਡ ਦੇ, ਮੈਨੂੰ ਸਾਰੇ ਪਤਾ ਵਾ ਅਸੀਂ ਕਿ ਨੌਕਰ ਪਹਿਲੀ ਦਫਾ ਰੱਖਿਆ ਤੇ ਮੋਟਰਸਾਈਕਲ ਦੇਣੀ ਆ ਬਾਜ਼ਾਰੋਂ, ਕੋਈ ਸੌਦਾ ਲਿਆਉਣਾ ਤੇ ਮੋਟਰਸਾਈਕਲ ਤੇ ਜਾਣਾ। ਮੈਂ ਹਾਂ ਬਾਜ਼ਾਰੋਂ, ਹਾਂ ਬਾਜ਼ਾਰੋਂ ਸੌਦਾ ਲੈ ਕੇ ਜਿਹੜਾ ਲਿਆਉਣਾ ਤੇ ਮੋਟਰਸਾਈਕਲ ਤੇ ਜਾਣਾ। ਮੋਟਰਸਾਈਕਲ ਕਿਹੜੀ ਕਰੋ? ਮੋਟਰਸਾਈਕਲ ਆਪਣਾ ਇੱਕ ਚੈਨਲ ਹੀ ਹੈ। ਨਹੀਂ ਨਹੀਂ ਮੈਂ ਨਾ 70 ਤੇ ਜਾਂਦਾ ਕਿਉਂਕਿ 70 ਦੀ ਨਾ ਆਵਾਜ਼ ਨਹੀਂ ਆਉਂਦੀ। ਯਾਨੀ ਕਿ ਤੂੰ 70 ਤੱਕ ਭਲਾ ਕਿਉਂ ਜਾਣਾ? ਕਿਉਂ ਛੇ ਦੀ ਚੁੱਕੀ ਜਾਵੇ ਨੰਬਰ ਆਦਾ? ਉਹ ਤੈਨੂੰ ਕਹਿੰਦੇ ਜਿਹੜੀ ਤੈਨੂੰ ਗੱਡੀ ਦੇਵਾਂਗਾ ਤੈਨੂੰ ਉਹ ਗੱਡੀ ਚਾਹ। ਤੁਸੀਂ ਨੌਕਰ ਰੱਖ ਲਿਆ, ਤੁਹਾਨੂੰ ਨੌਕਰ ਰੱਖਣਾ ਨਹੀਂ ਹੁੰਦਾ, ਤੁਹਾਨੂੰ ਨਹੀਂ ਪਤਾ ਕਿ 70 ਲੈਣੀ ਹੈ ਕਿ ਨੌਕਰ ਨੇ ਆ ਕੇ ਚਲਾਣੀ ਹੈ। ਯਾਰ 70 ਤੂੰ ਨੌਕਰ ਰੱਖਿਆ ਕਿ ਤੈਨੂੰ ਜਵਾਈ ਰੱਖ ਲਿਆ ਸੀ? ਉਹ ਤੂੰ ਨੌਕਰ ਹੈ ਸਾਡਾ ਚੈਨਾ ਦੀ ਮੋਟਰਸਾਈਕਲ ਕਿੱਕ ਮਾਰ ਮਾਰ ਕੇ ਬੰਦੇ ਦੀ ਆਪਣੀ ਲੱਤ ਦੁਖਣ ਲੱਗ ਪੈਂਦੀ। ਨਹੀਂ ਪੁੱਤ ਨਵੀਂ ਲਈ, ਹਲੇ ਨਵੀਂ ਆ, ਐਡੀ ਸੋਹਣੀ ਗੱਡੀ ਹੈ ਤੈਨੂੰ ਕੀ ਦੱਸਾਂ। ਕਿੰਨੀ ਦੇਰ ਦਾ ਸਟਾਰਟ ਹੁੰਦੀ ਹੈ? ਕਿੰਨੀ ਦੇਰ ਹੋ ਗਈ ਲਈ? ਆ ਹੋ ਗਿਆ 6 ਮਹੀਨੇ ਮੈਨੂੰ ਹੋਏ ਹਲੇ। ਇਹ ਨਵੀਂ ਆ? 6 ਮਹੀਨੇ 'ਚ ਪੁਰਾਣੀ ਹੋ ਜਾਂਦੀ ਗੱਡੀ? ਭਾਜੀ ਮੈਨੂੰ ਨਾ ਪਹਿਲੇ ਨਵੀਂ ਚਾਹੀਦੀ ਹੈ, ਜਿਹਦੇ ਨਾਲ ਕਾਗਜ਼ ਹੀ ਮੈਂ ਲਾਵਾਂ। ਸਾਰੀਆਂ ਸ਼ਰਤਾਂ ਦੱਸੀਆਂ ਵਾ ਤੇਰੀਆਂ, ਸ਼ਰਤਾਂ ਅਸੀਂ ਪੂਰੀਆਂ ਕਰਾਂਗੇ। ਆਜੋ 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 ਯਾਰ, ਰਾਜੂ ਆਜਾ ਯਾਰ, ਮੇਰੀ ਜਾਨ ਮੇਰੀ ਜ਼ਿੰਦਗੀ ਤੇ ਲਾਨਤ। ਇਹ ਨੌਕਰ ਰੱਖਿਆ ਮੁੰਡਾ ਨਵਾਂ ਨੌਕਰ। ਅੱਛਾ ਰੱਖ ਲਿਆ? ਆਹੋ ਜਾਨੂ ਕਿੰਨੇ ਅੱਛੇ ਹੋ ਤੁਸੀਂ। ਮੈਂ ਕਹਿੰਦਾ ਮੈਂ ਤੇਰੇ ਦੁੱਖ ਦੂਰ ਤੇਰੇ ਸਾਰੇ ਕੰਮ ਇਹ ਕਰੇਗਾ ਮੁੰਡਾ। ਹਾਂਜੀ ਇਹਨੂੰ ਘਰ ਵਹਾ ਦਿੱਤਾ ਸਾਰਾ ਆਪਣਾ ਸਾਰਾ ਘਰ ਇਹਨੂੰ ਦਿਖਾਤਾ ਚੈੱਕ ਕਰਾ ਘਰ ਵਿਖਾਈ ਨੇ ਮੈਂ ਰੰਗ ਕਰਨਾ ਘਰ। ਮੈਂ ਜਿਹੜੇ ਸਾਰੇ ਸਵਾਲ ਸੁਲ ਕਰ ਭਾਈ ਉਹ ਤੈਨੂੰ ਕੰਮ ਦੱਸਣੇ ਉੱਠ ਕਿਹੜਾ ਮੈਨੂੰ ਕਰੰਟ ਲੱਗਾ ਉਹ ਤੈਨੂੰ ਕਰੰਟ ਲਾਈਏ ਤੈਨੂੰ ਨੌਕਰ ਆ ਬੇਟਾ ਉਹ ਮੇਰੀ ਬੀਵੀ ਹੈ ਮੇਰੀ ਚੌਦਾ ਤੁਸੀਂ ਗੰਦੇ ਰੱਖਦੇ ਕਿਉਂ ਜਿਹੜੇ ਮੈਨੂੰ ਧੋਣੇ ਪੈਂਦੇ ਬਕਵਾਸ ਮੈਂ ਬਹੁਤੇ ਗੰਦੇ ਨਾ ਹੋਣ ਉਹ ਬਰਤਨ ਦਾ ਜ਼ਮਾਨਾ ਨਹੀਂ ਰਿਹਾ ਅੱਜ ਕੱਲ ਉਹ ਡੱਬਾ ਪੈਕ ਚੱਲਦਾ ਜੇ ਆਪਾਂ ਖਾਣਾ ਲਿਆਣਾ ਉੱਥੇ ਆਪਾਂ ਤੁਸੀਂ ਵੀ ਬੈਗ ਖਾ ਲਓ ਉੱਥੋਂ ਪਾਰਸਲ ਨਹੀਂ ਮਿਲਦਾ ਹਾਂਜੀ ਹਾਂਜੀ ਉਹ ਪਾਰਸਲ ਆਪਾਂ ਖਾਈਏ ਨਾ ਬਸ
मेरा मतलब है कि मैं के इन्हें जाले नहीं लगने चाहिए छत नूं हुण मैं आ गया तो सारे काम सारे काम मेरे करने ने मैं हुण पैर थले नहीं लाना चाहता जी दस दो बस मेरी जान दे पैर थक गई मैं लाणे क्यों तू गल पैर थले लाणो एक गल मैं दस्स ते लंदा के जावा मेरी जिंदगी ये ते तुसी एड्डा चंगा काम कीता ना अच्छा मेरी गल सुन हां जी हां जी हांडी हुंडी पका लेना चंगी कोई चंगी हां कोई पुलाओ पुलाओ कोई खीर यार को घर से सब्जियां हांडियां पकदीन ओ पूछन दे हां सब देखो मेरी गल सुनो ना मैं सब्जी खाना वा ओह नो ठीक है ना ते ना मैं पुलाओ खाना वा बिरयानी मटन ते मैं चिकन खाना वा काका काका सी अपनी गल करदे तेरा बाईपास नहीं करवाना है तू नौकर है साडा अच्छा अच्छा मैं के पता तुसी मेनू पूछ रहे हो तन्नू गल पूछना सी दस कर की रहे है चल काका हां जी जेडी मैं गल करदा साडा होर तरीका तू मेरा पुत्र दस की पका लेना सही तेनू नौकर रखिया है रिश्तेदार नहीं तू साडा हां ओथे मेनू मैं भी ताडा नौकर ही है मैं कदों तन्नू कह रहा कि मेरा किते ब्याह करा दो स्पाइसी खाने पका लेना कि नहीं किसी नु खान दा ही पता तेनू अच्छा ए की हुंदा स्पाइसी करारा करारा हरियां मिर्चा पा के कालियां मिर्चा पा के करारा ओ नो एते एते हाथ भी भुली जांदा तू काम तो भुले ही सारे अच्छा 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 मैं भी मेनू मजा आएगा भी तुसी माशाल्लाह ना मियां भी बड़े साडा बड़ा प्यार बहुत शुगली हो शुगली बहुत आ अच्छा मेरी गल सुनो जानू घर सारा दिखा दित्ता इने हुन बाजार जाना होवे तू हां मोटरसाइकिल ने मैं दिखाती है अच्छा बाजार जाना है जेड़ा सौदा ते मंगाउणा ए तने सौदा ले आके देगा मोटरसाइकिल पिछे पिछे आई जावांगा पैदल को जाना की गल है तू साहब जी इतनी स्लो कौन बंदा चलांदा मोटरसाइकिल रेट ना बंदा मंग के लेंदा वा के भी इन्हें पैसे देने मंग के नहीं रेट करके लेंदा काका मंग के कौन रेट लेंदा वा सोना दो रोग लिया चने लिया ਜਦੋਂ ਤੁਸੀਂ ਉੱਠੋ ਤੇ ਤੁਹਾਡੇ ਲਈ ਮੈਂ ਉੱਠਦੇ ਪਹਿਲੇ ਚਾਹ ਲੈ ਕੇ ਆਵਾਂ ਮੈਂ ਜੰਗੜਾਈ ਲਵਾਂ ਤੇ ਅੱਖਾਂ ਬਾਅਦ ਚ ਖੋਲਾਂ ਤੇ ਚਾਹ ਲੈ ਕੇ ਤੂੰ ਖਲੋਤਾ ਹੋਵੇਂ ਤੇ ਕਿੰਨਾ ਮਜ਼ਾ ਆਏ ਮੈਂ ਅੰਗੜਾਈਏ ਦੇ ਅੰਗੜਾਈਏ ਦੇ ਸਾਹਮਣੇ ਨਾ ਲਈ ਕਿਉਂ ਨਹੀਂ ਅੰਗੜਾਈ ਲੈ ਕੇ ਤੇ ਜਦੋਂ ਅੰਗੜਾਈ ਲੈ ਹਟਣਾ ਫਿਰ ਤੂੰ ਦਰਵਾਜ਼ਾ ਖੋਲਣਾ ਆਹੋ ਤੁਸੀਂ ਅੰਗੜਾਈ ਪਹਿਲੇ ਨੈਸ਼ ਪੁਣਾ ਪਹਿਲੇ ਲੈ ਲੈਣਾ ਨੈਸ਼ ਪੁਣਾ ਕੀ ਬਕਵਾਸ ਕਰੀ ਜਾਂਦਾ ਓਏ ਅੰਗੜਾਈ ਜਦੋਂ ਬੰਦਾ ਲੈਂਦਾ ਨੈਸ਼ ਹੀ ਹੁੰਦਾ ਸਾਡੇ ਨਾਲ ਪਿੰਡ ਦੇ ਵਿੱਚ ਮੇਰੀ ਅੰਮੀ ਕਹਿੰਦੀ ਹੁੰਦੀ ਆ ਓਏ ਅੰਗੜਾਈਆਂ ਨਹੀਂ ਤੂੰ ਲੜਾਈਆਂ ਲੈਣਾ ਮੈਂ ਪਿੰਡ 'ਚ अपनी मर्जी घर ग्यारह बारह उठ गए दस बजे तुसी उठते हैं बारह बजे मेरी अख खुलदी ਵਿਆਹ ਹੋ ਮੈਂ ਤਾਂ ਲੇਟ ਸੌਣਾ ਭਾਈ ਉਹ ਯਾਰ ਤੂੰ ਲੇਟ ਸੌਂਦਾ ਕੱਲ ਨਹੀਂ ਸੌਂਦਾ ਤੂੰ ਤੂੰ ਨੌਕਰ ਤੂੰ ਟਾਈਮ ਸਿਰ ਸੌਂ ਜਾਂ ਨਾ ਸੌਂ ਸਾਨੂੰ 10 ਵਜੇ ਤੂੰ ਤਿਆਰ ਚਾਹੀਦਾ ਨਹੀਂ ਮੇਰੀ ਮਰਜ਼ੀ ਹੈ ਮੈਂ ਭਵਾ ਸਵੇਰ ਤੜਕੇ ਸੌਵਾਂ ਹੈ ਮੇਰੀ ਮੈਂ ਰਾਤ ਨੂੰ ਜਲਦੀ ਸੌਵਾਂ ਵੇ ਤੂੰ ਇੱਥੇ ਲੈਣ ਕੀ ਆਇਆ ਇਹ ਕੰਮ ਕਰਨ ਆਇਆ ਹੈ ਉਹ ਕਾਕਾ ਤੂੰ ਸਾਡਾ ਨੌਕਰ ਆ ਤੂੰ ਮੱਲੇ ਦਾ ਨਾਜ਼ਮ ਨਹੀਂ ਬੜੀ ਗੱਲ ਹੈ ਤੇਰੀ ਮਰਜ਼ੀ ਹੈ ਤੂੰ ਜਦੋਂ ਮਰਜ਼ੀ ਸੌਵੇਂ ਓਏ ਇਹਦੇ ਨਾਲ 6 ਮਹੀਨੇ ਦਾ ਐਗਰੀਮੈਂਟ ਕਰਕੇ ਆਇਆ ਮੈਂ ਅੱਛਾ 6 ਮਹੀਨੇ ਦਾ ਐਗਰੀਮੈਂਟ ਹਾਂ 6 ਮਹੀਨੇ ਦਾ ਮੇਰੇ ਨਾਲ ਐਗਰੀਮੈਂਟ ਹੋਇਆ ਲੇਕਿਨ ਟਾਈਮਿੰਗ ਦਾ ਐਗਰੀਮੈਂਟ ਨਹੀਂ ਹੋਇਆ ਕਿ ਵੀ ਤੁਸੀਂ ਸਵੇਰ 7 ਵਜੇ ਉੱਠੋ ਤੇ ਮੈਂ ਢਾਲੀ ਉੱਠ ਕੇ ਚਾਹ ਬਣਾਵਾਂ ਇਹ ਤੁਹਾਡੀ ਮੇਰੀਆਂ ਗੱਲਾਂ ਨਹੀਂ ਹੋਈਆਂ ਗਈਆਂ ਉਹ ਤੂੰ ਨੌਕਰ ਆ ਭਾਈ ਨੌਕਰ ਆ ਤੇ ਮੈਨੂੰ ਵੀ ਪਤਾ ਮੈਂ ਨੌਕਰ ਆ ਮੈਂ ਕਿਦੋਂ ਤੁਹਾਨੂੰ ਕਹਿਣਾ ਕਿ ਕੋਠੀ ਮੇਰੇ ਨਾਮੇ ਲਾ ਦਿਓ ਤੇਰੇ ਨਾਮੇ ਕਾਹਦੀ ਕੋਠੀ ਲਾ ਦਈਏ ਲੈ ਉਹ 24 ਘੰਟੇ ਦਾ ਨੌਕਰ ਹੁੰਦਾ 24 ਘੰਟੇ ਦਾ
दरवाजे खोला है मेरी गल सुन ला किसी बंदे ना जा सकदी आ मेरे ना जांदी पुत मेरे ना किसी ना जा सकती है ये मैं हूं आ गया मैंने किसी ना बाहर पैर रख के विखावे काका मेरी गल सुन ला तू 10 बजे पूरी जांदा इने इथे काम करना केरी मैं दौड़ लवावा की ले आ तू देखो तुसी मेरे मालिक हो मैं ਤੁਹਾਡਾ नौकर हां ते मैं नौकर हैगा वफादार समझ ना मेरे सामने इथे कोई आलतू फालतू बंदा आया ते मैं ओदी लत्तां तोड़ देनी है ला ए मेरा सोरा ओए आलतू फालतू बंदा तू कौन ना यार तू कौन मैं रोकण वाला है इथे कोई बंदा गैर बंदा ने इथे वड़े ਨਾਲੇ ਮੈਂ ਠੇਕਾ ਨਹੀਂ ਲੈ ਸਭ ਲਈ ਚਾਵਾਂ ਚੂਵਾਂ ਬਣਾਵਾ ਇੱਥੇ ਮੇਰਾ ਮੀਟਰ ਸ਼ਾਰਟ ਹੋ ਰਿਹਾ ਜਾਨ ਮੇਰਾ ਮੀਟਰ ਸ਼ਾਰਟ ਹੋ ਰਿਹਾ ਆਪਣਾ ਮੀਟਰ ਬੰਦ ਕਰ ਲਾ ਅੱਗੇ ਬਿਜਲੀ ਦੇ ਬਿੱਲ ਬਹੁਤ ਆ ਰਹੇ ਆ ਕੀ ਬਕਵਾਸ ਕਰੀ ਜਾਂਦਾ ਕੀ ਲੈਂਦਾ ਤੂੰ ਮੇਰੇ ਮੁਸੀਬਤ ਸਿਰ ਤੇ ਕਾਕਾ ਮੈਂ ਤੇਰੇ ਨਾਲ 6 ਮਹੀਨੇ ਦਾ ਐਗਰੀਮੈਂਟ ਕੀਤਾ ਹਾਂਜੀ ਤੈਨੂੰ ਕੁੜੀ ਦਾ ਰਿਸ਼ਤਾ ਨਹੀਂ ਦਿੱਤਾ ਤੇ ਤੈਨੂੰ 6 ਮਹੀਨੇ ਤੂੰ ਸਾਡੇ ਸਿਰ ਤੇ ਸਵਾਰ ਰਵੇ ਉਹ ਤੂੰ ਨੌਕਰ ਬਣ ਕੇ ਰਹਾ ਸਿਰਫ ਤੁਸੀਂ ਮੈਨੂੰ ਇਹ ਕਿਹਾ ਸੀ ਕਿ ਘਰ ਦੇ ਕੰਮ ਕਰਨੇ ਆ ਆ ਦਰਵਾਜ਼ਾ ਖੋਲਣ ਵਾਲਾ ਨਹੀਂ ਕਿਹਾ ਸੀ ਤੁਸੀਂ ਇਹ ਘਰ ਦੇ ਕੰਮਾਂ 'ਚ ਨਹੀਂ ਆਉਂਦਾ ਇਹ ਦਰਵਾਜ਼ਾ ਖੋਲਣਾ ਉਹ ਰਾਤ ਮੈਂ ਸੁੱਤਾ ਹਾਂ ਜੀ 12 ਵਜੇ 1-2 ਵਜੇ ਸੋਵਾਂ ਤੇ ਤੁਸੀਂ 3 ਵਜੇ ਆ ਕੇ ਦਰਵਾਜ਼ਾ ਖੜਕਾਓ ਮੇਰੀ ਤਾਂ ਨੀਂਦ ਖਰਾਬ ਹੋ ਗਈ ਨਾ ਬੋਲੀ ਗੱਲ ਆ ਬਾਕੀ ਇਹ ਜਵਾਈ ਰੱਖ ਲਿਆ ਕਿ ਅੱਜ ਨੀਂਦ ਖਰਾਬ ਹੋ ਗਈ ਇਹਦੀ ਇਹ ਸਵੇਰੇ ਸਵੇਰੇ ਅਦਾਲਤ 'ਚ ਜਾਂਦਾ ਉਹ ਭਾਈ ਇਹ ਤੂੰ ਫੜ ਕੇ ਕਿੱਥੋਂ ਕਿਹੜੀ ਮੰਡੀ 'ਚੋਂ ਲੈ ਆਇਆ ਇਹਨੂੰ ਉਹ ਮੇਰੀ ਗੱਲ ਸੁਣ ਕਿਹੜੀ ਮੰਡੀ 'ਚੋਂ ਲੈ ਗਿਆ ਹੈ ਮੈਂ ਮੰਡੀ ਵਾਲਾ ਲੱਗਦਾ ਤੈਨੂੰ ਹਾਂ ਤੇ ਹੋਰ ਕੀ ਹੈ ਇੱਧਰ ਬਤਮੀਜ਼ ਵੀ ਹਲਕਾ ਜਾ ਉਰੇ ਰਹਿ जो तुसी कहोगे मैं करांगा बंदे दे पुत्रा तरह करी मैं मेरी जान छड़ दो सारी बहस मेहरबानी जरा पिज्जा चुक चुक थले को सुटी की गल तुम पहले धो के रख दे तू नौकर गंद पाता पहले मैं गंद धोवा है छे महीने दफना
ਕੀ ਦੁਖਣਾ ਕੀ ਤੇਰਾ ਖਾਨਾ ਖਰਾਬ ਓ ਮੇਰੀ ਜਾਨ ਮੇਰੀ ਗੱਲ ਸੁਣ ਲੋ ਮੈਂ ਕਹਿੰਦਾ ਕਿਤੇ ਦੌੜ ਨਾ ਜਾਵੇ ਤਾਂ ਮੈਂ 6 ਮਹੀਨੇ ਦਾ ਐਡਵਾਂਸ ਪੈਸੇ ਦੇ ਦਿੱਤੇ ਨੇ ਸਾਰੇ ਕਿੰਨੇ ਪੈਸੇ ਦਿੱਤੇ ਉਹਨੂੰ 70,000 ਰੁਪਏ ਉਹਨੂੰ ਦੇ ਕੇ ਲਿਆਇਆ ਹਾਏ ਮੈਂ ਮਰ ਗਈ 70,000 ਰੁਪਏ ਉਹੀ ਮੈਨੂੰ ਦਿੰਦਾ ਮੇਰੇ ਸੋ ਕੰਮ ਨਹੀਂ ਵੱਜ ਜਾਣੇ ਤੇਰਾ ਖਾਨਾ ਖਰਾਬ ਉਹਨੂੰ ਮਰ ਗਿਆ ਉਹਨੂੰ ਮਰ ਗਿਆ ਤੇਰਾ ਖਾਨਾ ਖਰਾਬ ਉਹ ਮਰ ਗਿਆ ਉਹ ਮੈਂ ਤਾਂ 70,000 ਦੇ ਤੱਕ ਕੰਮੇ ਬੰਦੇ ਉਹ ਮੈਂ ਦੋਵਾਂਗਾ ਕੱਪੜੇ ਤੇ ਨਰ ਰਹਿਣਾ ਹੀ ਨਹੀਂ ਤੇਰਾ ਖਾਨਾ ਖਰਾਬ ਉਹ ਮੈਂ ਤੇਰਾ ਖਾਨਾ ਖਰਾਬ ਉਹ ਮੈਂ ਭਾਂਡੇ ਦੋਵਾਂਗਾ ਉਹ ਮੈਂ ਕੱਪੜੇ ਦੋਵਾਂਗਾ ਉਹ ਮੈਂ ਭਾਂਡੇ ਦੋਵਾਂਗਾ।